ਸਾਰਿਆਂ ਦਾ ਵੈਲਕਮ ਇੱਕ ਵਾਰੀ ਫਿਰ ਅਸਾਮ 'ਚ। ਤੁਸੀਂ ਸੋਚ ਰਹੇ ਹੋਵੋਗੇ ਅਤੇ ਦੇਖ ਰਹੇ ਹੋਵੋਗੇ ਕਿ ਇਹ ਚੀਜ਼ ਕੀ ਦਿਖਾ ਰਿਹਾ। ਇਹ ਹੈਗਾ ਜੀ ਅਸਾਮ ਦੀਆਂ ਮਿਰਚਾਂ। ਇਹ ਮਿਰਚਾਂ ਦਾ ਤੁਸੀਂ ਕਲਰ ਵੀ ਦੇਖ ਸਕਦੇ ਹੋ ਕਿਹੋ ਜਿਹਾ ਕਲਰ ਹੈ। ਵੈਲਕਮ ਸਾਹਿਲ ਭਾਈ, ਕਲਰ ਦੇਖੋ ਤੁਸੀਂ ਮਿਰਚਾਂ ਦਾ, ਅਤੇ ਤਿੱਖੀਆਂ ਕਿਆ ਬਾਤ ਹੈ। ਹਾਏ 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 ਹਾਏ, ਇੱਕ ਹੋਰ ਕਲਰ ਦੀਆਂ ਮਿਰਚਾਂ ਨੇ ਇੱਥੇ। ਤੁਹਾਨੂੰ ਥੋੜ੍ਹਾ ਜਿਹਾ ਵਿਊ ਵੀ ਦਿਖਾ ਦਿੰਦਾ ਨਾਲ ਨਾਲ ਜਦੋਂ ਤੱਕ ਅਸੀਂ ਮਿਰਚਾਂ ਤੱਕ ਪਹੁੰਚਾਂਗੇ। ਮਨੋਜ ਅਰੋੜਾ, ਕੀ ਹਾਲ ਹੈ ਮਨੋਜ ਵੀਰ? ਅਤੇ ਤੁਸੀਂ ਆਹ ਦੇਖ ਸਕਦੇ ਹੋ, ਮੇਰਾ ਭਰਾ ਜਸਵਿੰਦਰ ਤੁਹਾਨੂੰ ਦਿਖਾ ਰਿਹਾ ਮਿਰਚਾਂ। ਹਰੀਏ ਰੰਗ ਦੀਆਂ ਮਿਰਚਾਂ, ਬਟ ਖਾਣ 'ਚ ਉਹਦਾ ਐਕਸਪੀਰੀਅੰਸ ਜਸਵਿੰਦਰ ਦੱਸੋ। ਖਾਣ 'ਚ ਤਾਂ ਭਰਾਓ ਇੰਨੀਆਂ ਕਿ ਮੈਂ ਤਾਂ ਵੈਸੇ ਜਿੱਦਾਂ ਆਪਣੇ ਪੰਜਾਬ ਦੀਆਂ ਮਿਰਚਾਂ ਹੁੰਦੀਆਂ, ਚਲੋ ਇੱਕ ਤੋੜੀ ਮੈਂ ਚੱਲ ਟੇਸਟ ਕਰਕੇ ਦੇਖਦੇ ਹਾਂ। ਅਤੇ ਜਦੋਂ ਮੈਂ ਇੱਕ ਤੋੜ ਕੇ ਇੱਕ ਬੀ ਮੇਰੀ ਜੀਭ ਦੇ ਉੱਪਰ ਲੱਗਿਆ ਮਿਰਚ ਦਾ, ਅਤੇ ਮੈਨੂੰ ਪਤਾ ਮੈਂ ਉਹਨੂੰ ਕਿਵੇਂ ਕੰਟਰੋਲ ਕੀਤਾ ਅਤੇ ਕੀ ਉਸ ਤੋਂ ਬਾਅਦ ਕਿੰਨੇ ਲੱਡੂ ਖਾਧੇ ਮੈਂ ਉਹਦੇ ਉਹਦੀ ਕੜੱਤਨ ਮਿਟਾਉਣ ਦੇ ਲਈ। ਅਤੇ ਇਹ ਸਾਰੇ ਕਹਿੰਦੇ, ਵੈਸੇ ਇਹਨਾਂ ਨੇ ਮੈਨੂੰ ਸਾਰਿਆਂ ਨੇ ਸੁਜੈਸ਼ਨ ਦਿੱਤਾ। ਸਾਡੇ ਵਿੱਚ ਕੁਛ ਜ਼ਿਆਦਾ ਸਿੰਸੀਅਰ ਅਤੇ ਜ਼ਿਆਦਾ ਤਜਰਬੇਕਾਰ ਬੰਦੇ ਵੀ ਹੈ ਜਿਹੜੇ ਕਹਿੰਦੇ ਕਿ ਉਹਨਾਂ ਨੇ ਹੁਣ ਦੱਸਿਆ ਕਿ ਆਪਾਂ ਕਿਸੇ ਵੀ ਇਲਾਕੇ 'ਚ ਜਾਂਦੇ ਹਾਂ, ਕਿਸੇ ਵੀ ਏਰੀਏ 'ਚ ਜਾਂਦੇ ਹਾਂ, ਆਪਾਂ ਨੂੰ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਕਿ ਉੱਥੋਂ ਦਾ ਡੱਕਾ ਤੋੜ ਕੇ ਦੰਦਾਂ 'ਚ ਮਾਰਨ ਲੱਗ ਗਏ, ਕੋਈ ਪੱਤਾ ਤੋੜ ਕੇ ਮੂੰਹ 'ਚ ਪਾ ਲਿਆ, ਹਰ ਚੀਜ਼ ਦਾ ਟੇਸਟ ਦੇਖਣ ਦਾ। ਅਤੇ ਹੁਣ ਥੋੜ੍ਹੇ ਜਿਹੇ ਸਿਆਣੇ ਹੋਏ ਇਸ ਗੱਲ ਤੋਂ ਕਿ ਹਰਕਤਾਂ 'ਤੇ ਇੱਦਾਂ ਦੀ ਕੋਈ ਹਰਕਤ ਨਹੀਂ ਕਰਨੀ ਗੀ। ਤਾਂ ਉਹ ਪੰਜਾਬੀਆਂ ਦੀ ਕਹਾਵਤ ਵੀ ਹੈ ਮੇਰੇ ਖਿਆਲ 'ਚ, ਉਹ ਜਿਵੇਂ ਕਹਿੰਦੇ ਨਾ, ਜਿਸ ਤਨ ਲੱਗ ਗਿਆ ਸੋ ਤਨ ਜਾਣਾ, ਕੌਣ ਜਾਣਾ ਪੀੜ ਪਰਾਈ। ਅਤੇ ਕੋਈ ਜਿੰਨਾ ਮਰਜ਼ੀ ਆਪਾਂ ਨੂੰ ਸਿਆਣੇ ਸਿਆਣੇ ਸੁਝਾਅ ਦੇਈ ਜਾਵੇ, ਆਪਾਂ ਨਹੀਂ ਸਮਝਦੇ ਗੇ, ਪਰ ਜਦੋਂ ਆਪਦੇ ਉੱਤੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ ਵੀ ਆਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਸੋ ਹੁਣ ਮਿਰਚਾਂ ਖਾ ਕੇ ਪਤਾ ਲੱਗਿਆ ਵੀ ਵਾਕਈ ਜਿਹੜੀ ਗੱਲ ਉਹ ਕਹਿ ਰਿਹਾ ਨਾ, ਕੋਈ ਪੱਤਾ ਤੋੜ ਕੇ ਨਹੀਂ ਖਾਣਾ, ਕੋਈ ਡੱਕਾ ਦੰਦਾਂ 'ਚ ਨਹੀਂ ਮਾਰਨਾ। ਹੁਣ ਇਸੇ ਕਰਕੇ ਕਹਿੰਦੇ ਸੀਗੇ ਕਿ ਇੱਥੋਂ ਦੀਆਂ ਜਿਹੜੀਆਂ ਜੜੀਆਂ ਬੂਟੀਆਂ ਜਾਂ ਜਿਹੜੇ ਇੱਥੋਂ ਦਰੱਖਤ ਹੈ, ਪੇੜ ਹੈ, ਉਹ ਪਤਾ ਨਹੀਂ ਕਿੰਨੇ ਕੁ ਨਸ਼ੇ ਵਾਲੇ ਹੈ, ਕਿੰਨੇ ਕੁ ਜ਼ਹਿਰੀਲੇ ਹੈ, ਕਿੰਨੇ ਕੁ ਟੇਸਟ ਹੈਗੇ, ਕਿੰਨੇ ਕੁ ਖਾਰੇ ਮਿੱਠੇ ਹੈ, ਜੋ ਵੀ ਹੈ, ਅਤੇ ਕੋਈ ਪਤਾ ਨਹੀਂ ਲੱਗਦਾ ਇਹਦੇ ਬਾਰੇ 'ਚ। ਸੋ ਹੁਣ ਪਤਾ ਲੱਗਿਆ ਗਾ ਕਿ ਵਾਕਈ ਆਪਾਂ ਨੂੰ ਕੋਈ ਪੇੜ ਪੌਦਿਆਂ ਦੇ ਜਿਹੜੇ ਪੱਤੇ ਆ ਬਿਨਾਂ ਜਾਣਕਾਰੀ 'ਚੋਂ ਤੋੜ ਕੇ ਨਹੀਂ ਖਾਣੇ ਚਾਹੀਦੇ ਗੇ। ਸੋ ਆ ਜਿਹੜੀਆਂ ਮਿਰਚਾਂ ਤੁਸੀਂ ਦੇਖ ਰਹੇ ਹੋ, ਟਮਾਟਰ ਦੇਖ ਰਹੇ ਹੋ, ਅਤੇ ਨਿੱਕੇ ਨਿੱਕੇ ਲੱਗੇ ਨਿੱਕੀਆਂ ਨਿੱਕੀਆਂ ਬਗੀਚੀਆਂ ਜਿਹੜੀਆਂ ਟਮਾਟਰ ਤੁਸੀਂ ਦੇਖ ਸਕਦੇ ਹੋ। ਅਤੇ ਗੁੱਡ ਬਾਈ ਮਨੋਜ ਬਾਈ ਮੇਰਾ ਕਹਿੰਦਾ ਗੁੱਡ ਬ੍ਰੋ, ਥੈਂਕ ਯੂ ਭਰਾ। ਸਿੰਗਲਾ ਜੀ ਸਾਡੇ ਨਾਲ, ਕਿਆ ਬਾਤ ਹੈ, ਕਿਆ ਬਾਤ ਹੈ, ਸੰਜੀਵ ਸਿੰਗਲਾ ਜੀ ਆ ਮੇਰੇ ਭਰਾ ਸਾਡੇ ਨਾਲ ਜੁੜ ਗਏ ਨੇ। ਅਤੇ ਸਿੰਗਲਾ ਜੀ ਆ ਤੁਸੀਂ ਛੋਟੀਆਂ ਛੋਟੀਆਂ ਕਿਆਰੀਆਂ ਦੇਖੋ, ਰੈਸਟੋਰੈਂਟ ਦੇਖੋ ਅਸਾਮ ਦਾ, ਬੜਾ ਸੋਹਣਾ ਰੈਸਟੋਰੈਂਟ ਹੈ, ਛੋਟਾ ਜਿਹਾ ਰੈਸਟੋਰੈਂਟ ਹੈ, ਬਟ ਕਿਆ ਬਾਤ ਨਹੀਂ, ਮੈਂ ਕਹਿਣਾ ਨਿਆਰਾ ਹੀ ਹੈ। ਛੋਟੇ ਛੋਟੇ ਅਤੇ ਵਧੀਆ ਵਧੀਆ ਮਿੱਠੇ ਮਿੱਠੇ ਪਹਾੜ ਅਤੇ ਕਿਆਰੀਆਂ ਦਾ ਲੁਪਤ ਉਠਾ ਰਹੇ ਹਾਂ ਅਸੀਂ ਅਸਾਮ ਵਿੱਚ। ਸਿੰਗਲਾ ਜੀ ਸਾਡੇ ਨਾਲ, ਇਹ ਤੁਹਾਨੂੰ ਕੁਕਿੰਗ ਕੁਕਿੰਗ ਵਾਲਾ ਪਾਰਟ ਜ਼ਰੂਰੀ ਹੈ, ਤੁਹਾਨੂੰ ਪਤਾ ਹੈ ਆਈ ਐਮ ਫੂਡੀ। ਹਾਂ ਬੈਂਗਣੀ, ਉਹ ਤੋਂ ਪਹਿਲਾਂ ਤੁਹਾਨੂੰ ਇੱਕ ਬੈਂਗਣੀ ਦਿਖਾਉਣੇ ਆ। ਅੱਛਾ ਭਰਾਓ, ਇਸ ਬੈਂਗਣੀ ਦੇਖਣ ਤਾਂ ਬੜੀ ਸੋਹਣੀ ਹੈ, ਬੜੀ ਲੰਬੀ ਹੈ, ਬੜੇ ਵਲਖਾਲ ਹੈ, ਪਰ ਇਹ ਖਤਰਨਾਕ ਬਹੁਤ ਹੈ। ਆਹ ਦੇਖੋ ਨਾ, ਕੈਮਰਾ ਨੇੜੇ ਕਰੋ ਜੀ, ਇਹ ਨਾ ਕੰਡੇ ਆ ਬਹੁਤ ਨਿੱਕੇ, ਆਹ ਦੇਖੋ ਕੰਡੇ ਆ, ਮੈਂ ਜੋ ਦੇਖਿਆ ਨਾ ਹੱਥ ਫੜ ਕੇ ਤਾਂ ਮੇਰੇ ਜਿਹੜਾ ਕੰਡਾ ਚੁੱਭ ਗਿਆ। ਆਹ ਦੇਖੋ ਹੁਣ ਜਸਵਿੰਦਰ ਨੇ ਉਹੀ ਗਲਤੀ ਕੀਤੀ, ਫਿਰ ਬਿਨਾਂ ਨਾਲ ਦੀ ਨਾਲ ਬੈਂਗਣੀ ਨੂੰ ਹੱਥ ਲਾ ਲਿਆ। ਮੂੰਹ 'ਚ ਨਹੀਂ ਪਾਊਂਗਾ, ਹੱਥ ਲਾਉਣ ਤਾਂ ਚੱਲ ਆਪਾਂ ਸਮਝਦੇ ਹਾਂ ਕਿ ਬੈਂਗਣੀ ਹੈ, ਬਟ ਕੰਡੇ ਬਹੁਤ ਹੈ ਇਹਦੇ। ਬੈਂਗਣੀਆਂ ਦੀ ਸ਼ੇਪ ਦੇਖੋ ਸਰ ਤੁਸੀਂ, ਅਤੇ ਸਾਈਜ਼ ਦੇਖੋ, ਸ਼ੇਪ ਦੇਖ ਕੇ ਕਿਸੇ ਚੀਜ਼ ਨਾਲ ਕੰਪੈਰੀਜ਼ਨ ਵੀ ਕਰ ਸਕਦੇ, ਦੇਖ ਸਕਦੇ ਹੋ ਤੁਸੀਂ ਸਰ। ਤੁਹਾਨੂੰ ਹੁਣ ਮੈਂ ਕੁਕਿੰਗ ਦਿਖਾਉਣਾ, ਕਿਆ ਬਾਤ ਹੈ, ਇਹ ਚਾਹ ਬਣ ਰਹੀ ਹੈ, ਚਾਹ ਬਣ ਗਈ ਹੈ, ਔਰ ਇਹ ਸਬਜ਼ੀ ਬਣ ਰਹੀ ਹੈ ਆਲੂ ਗੋਭੀ। ਮੈਡਮ ਕਿਆ ਕਿਆ ਹੈ ਇਸਮੇ? ਆਲੂ ਗੋਭੀ, ਆਲੂ, ਬੀਨ, ਮਟਰ, ਬੀਨ, ਮਟਰ, ਫੁੱਲ ਗੋਭੀ, ਔਰ ਆਲੂ, ਆਲੂ, ਫੁੱਲ ਗੋਭੀ, ਬਹੁਤ ਕੁਛ ਮਿਕਸ ਹੈ, ਦੇਖ ਸਕਦੇ ਹੋ। ਜੈਨ ਸਾਹਿਬ ਸਾਡੇ ਨਾਲ ਜੁੜ ਗਏ ਨੇ, ਸ਼ੇਖਰ ਜੈਨ ਮੇਰਾ ਭਰਾ, ਸ਼ਰਮਾ ਜੀ ਵੀ ਸਾਡੇ ਨਾਲ, ਮੈਡਮ ਸਾਡੇ ਅਮਿਤ ਸਰ, ਵਰਿੰਦਰ ਬਾਵਾ, ਸਤੀ ਸੰਧੂ, ਸੈਰੀ, ਰੰਜਨ, ਕਿਆ ਬਾਤ ਹੈ,
ਆ ਸੁਖਵਿੰਦਰ ਮੇਰਾ ਭਰਾ ਫਿਰੋਜ਼ਪੁਰ ਤੋਂ, ਕੀ ਹਾਲ ਨੇ ਸੁਖੀ ਵੀਰ? ਠੀਕ ਹੈ ਰੰਜਨ, ਨਮਸਤੇ ਨਮਸਤੇ। ਚਾਹ ਵੀ ਤਿਆਰ ਹੈ, ਆਹ ਸਾਡੀ ਸਬਜ਼ੀ ਵੀ ਤਿਆਰ ਹੈ, ਦੇਖ ਸਕਦੇ ਹੋ ਤੁਸੀਂ। और इधर ये बैंगनी ऐसे लंबी क्यों है इतनी? वो बैंगनी लगा रखी है जो, वो बैंगनी है, बैंगनी है, लोकल बैंगनी है, ये लोकल बैंगनी। वो गोल बैंगनी नहीं होती बड़ी? गोल बड़ी है, वो मार्केट में है। अच्छा मार्केट में है, वो कहीं और से आती है? ये जो पीछे आपने रखा हुआ है, ये सिर पे टोपी पहनने वाली है, ये हाँ दफी, असम का दफी है ये मेरे को दिखाओगे एक बार? ये असम का दफी है। हाँ ठीक है गणेश शेखर मेरा भरा लक्की सिंगला मैडी, कोई बात नहीं दिखाओ एक बार। इस ये असम की टोपी है, मैं देखना है, कोशिश करना है एक बार पहन दी, निकालना है इसको पहन के देखना है। हाँ ये या क्या बात, ऐसे पहनता है इसको। और ये तुमने पीछे क्यों कर दिया इसको? इसको पहनने के लिए ये इसको अच्छा ऐसे। हाँ वेरी गुड। और ये इतनी लंबी रस्सी क्यों है? ये नहीं है, ये देने के लिए। अच्छा दिखाओ, मैं भी ट्राई करता है, मेरे सिर पे पहनना ना आप एक बार, मैं ट्राई करता है पाके देखने लिए, तो फिर मैं तो भाई मैं पवा रहा टोपी। ओ क्या बात है, मेरा फ्रेम से भी नहीं आ रहा कैमरा। बहुत बढ़िया, असम है, वेलकम टू असम, वेलकम टू असम। डिस्ट्रिक्ट कौन सी? बोन गए बोन गाउन डिस्ट्रिक्ट है। फोटो खिंचा लीजिए सर। सत श्री अकाल जी, बहुत बढ़िया सर, तुम सुनाओ मैडम ठीक हो? सेता कैम ये साल की कैप है हमने ली है जी, थैंक यू मैडम जी, थैंक यू। लुकिंग स्मार्ट, थैंक यू भरा। हम साढ़े खारा साहब ने फिरोजपुर तो उन्होंने सिर पर भी असं कैप रखते हैं, पग के उत्ते असम की कैप, क्या बात है, देख सकते हो तुम। लुकिंग गुड, थैंक यू राहुल भाई। रजीत भी भरा अपने वॉचिंग कर रहा है। साहिल थैंक यू, बहुत अच्छे लग रहे हो, थैंक यू। मेंडी भरा कहता सिरा थैंक यू। रॉबिन वीर कहता हेलो ब्रदर, करो करो, थैंक यू ब्रे, थैंक यू। लाइट से खिंची लाइट करना जी। आ ਸਾਡੇ ਜਸਵਿੰਦਰ ਹੁਣੇ ਤੁਹਾਨੂੰ ਦੇਖਿਆ ਸੀਗਾ ਦਿਖਾ ਰਹੇ ਨੇ, ਚੰਦਰ ਬਾਈ ਗੌਰਵ ਸਿੰਗਲਾ ਮੇਰਾ ਭਰਾ। ਬੜੀ ਫੀਲਿੰਗ ਹੁੰਦੀ ਹੈ ਯਾਰ ਕੈਪ ਦੇਖ ਕੇ, ਥੋੜੀ ਦੇਰ ਇੱਕ ਮਿੰਟ ਫੋਟੋ ਤਾਂ ਕਰਦੇ ਆ ਯਾਰ, ਨਹੀਂ ਭਾਵਨ ਤੋੜ ਲੱਗੇ ਤੇ ਸਾਰੇ ਫੋਟੋਆਂ ਦੇ ਉਹਦੇ ਚ ਨੇ, ਚਲੋ ਤੁਸੀਂ ਵੀਊ ਦੇਖੋ। ਇਹ ਲਾਈਵ ਹੋ ਰਿਹਾ ਸੀ? ਲਾਈਵ ਹੈ ਸਰ। ते मैं बाकी जेड़े मेरे साथी है उन्हां नूं भी दिखाउणा है। सुखदीप भरा टैग करन वास्ते कह रहा मैनूं, ते इह असम दी टोपी है। मेरे साथियां दा तुसीं रिएक्शन देख सकदे हो सारा दा, भाई असम दी चाह बड़ी सोहणी है। असम की चाह बड़ी सोहनी है, ते स्वाद है। मान साहब कुछ कह रहे हैं, तुम सुन सकते हो उन्नी देर? चलो कदों चलने भाई, हम बस 10 मिनटां च चल रहे हैं।
ਤੁਸੀਂ ਵਿਊ ਉਹਨਾਂ ਚਿਰ ਦੇਖਦੇ ਰਹੋ, ਮੈਨੂੰ ਸਿਰਫ 2 ਮਿੰਟ ਦੇ ਕੇ ਸਾਡੇ ਜਸਪਾਲ ਜੀ ਤੁਹਾਨੂੰ ਦੱਸਣਗੇ ਕਿ ਇਸ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਅਸੀਂ ਅਸਾਮ ਦੇ ਹੀ ਹਾਂ। ਉਹ ਤਾਂ ਸਰ ਸਾਰਾ ਕੁਝ ਦੱਸਤਾ, ਤੁਸੀਂ ਟੋਪੀ ਬਾਰੇ ਦੱਸੋ। ਟੋਪੀ ਨਾਲ ਲੈ ਕੇ ਆਉਣਾ? ਹਾਂਜੀ ਹਾਂਜੀ ਰਾਹੁਲ ਜੀ, ਜ਼ਰੂਰ ਟੋਪੀ ਨਾਲ ਲੈ ਕੇ ਆਵਾਂਗੇ, ਕੋਈ ਸ਼ੱਕ ਨਹੀਂ ਹੈ। ਇੱਕ ਕਿਲੋ ਚਾਹ ਪੱਤੀ, ਇਸਕੋ ਬੋਲਤੇ ਹੈ ਜਪੀ ਕੈਪ। ਮਨਿੰਦਰ ਗਰਗ ਮੇਰਾ ਭਰਾ ਕਹਿ ਰਿਹਾ ਕਿਲੋ ਚਾਹ ਪੱਤੀ ਲੈ ਆਈ। ਵੀਰੇ ਚਾਹ ਪੱਤੀ ਜ਼ਰੂਰ ਲਿਆਵਾਂਗੇ, ਪ੍ਰਵਾਹ ਨਾ ਮੰਨ ਤੂੰ। ਇੱਧਰ ਇੱਕ ਨਵਾਂ ਟੀਪੂ ਸੁਲਤਾਨ, ਗੁਰਪ੍ਰੇਮ ਲਹਿਰੀ ਨਵਾਂ ਟੀਪੂ ਸੁਲਤਾਨ ਦੇ ਰੂਪ ਵਿੱਚ। ਇਹ ਕੈਰੀ ਕਰਨ ਵਾਸਤੇ ਹੈ, ਇਹ ਕੈਰੀ ਕਰਨ ਵਾਸਤੇ। ਅਤੇ ਕਿਆ ਬਾਤਾਂ ਨੇ, ਤੁਹਾਨੂੰ ਹੁਣ ਮੈਂ ਬਾਹਰ ਦੇ ਕੁਛ ਲੋਕ ਉਹ ਦਿਖਾਉਣਾ ਹੈ। ਹਰਗੋਬਿੰਦ ਵੀ ਆ ਗਿਆ ਬਈ ਸਾਡੇ ਨਾਲ, ਬਾਹਰ ਰੋਡ ਦਿਖਾਉਣਾ ਮੈਂ, ਬੜਾ ਵਧੀਆ ਰੋਡ ਚੱਲ ਰਿਹਾ। ਅੱਤ ਘੈਟ, ਥੈਂਕ ਯੂ ਬਾਈ। ਤਾਜ ਮਾਰਬਲ 2 ਕਿਲੋ ਜ਼ਰੂਰ ਵੀਰੇ, ਜ਼ਰੂਰ। ਇੱਥੋਂ ਦੇ ਲੋਕਲ ਲੋਕ ਆ ਸਾਡੇ ਜੌਂਗੇ, ਆ ਖੜਾ ਸ਼ੇਰ ਆਪਣਾ, ਅਤੇ ਆਹ ਮੇਰੀ ਚਾਹ ਵੀ ਆ ਗਈ। ਚਾਹ ਪੀਂਦਾ ਪੀਂਦਾ ਮੈਂ ਤੁਹਾਨੂੰ ਕੁਛ ਚੀਜ਼ਾਂ ਦੱਸਣਾ ਸੜਕ ਦੇ ਵੀ। ਮਨਿੰਦਰ ਬਾਈ ਜੀਬਾ ਕਰਦਾ ਹੋਇਆ ਸਾਡਾ ਲੱਭੀ, ਆਹ ਸੜਕ ਤੁਸੀਂ ਦੇਖ ਸਕਦੇ ਹੋ, ਇੱਥੋਂ ਦੇ ਲੋਕਲ ਲੋਕ ਦੇਖ ਸਕਦੇ ਹੋ। ਲੋਕਲ ਬਾਸ਼ਿੰਦੇ ਬਹੁਤ ਸੋਹਣੇ, ਦੇਖੀ ਲੋਕ ਇੱਥੇ ਸਾਈਕਲ ਤੇ ਤੁਹਾਨੂੰ ਮਿਲਣਗੇ ਜ਼ਿਆਦਾਤਰ, ਗੱਡੀਆਂ ਕਾਰਾਂ ਬਹੁਤ ਘੱਟ ਨੇ। ਲੋਕ ਗੱਲਬਾਤ ਕੀਤੀ ਸੀ ਕਿਸੇ ਨਾਲ, ਅਰਜੀਤ ਸਰ ਵਾਚਿੰਗ ਸਰ, ਗੁੱਡ ਆਫਟਰਨੂਨ, ਠੀਕ ਹੋ? ਨਾਈਟ ਸਟੇ ਸਰ ਅੱਜ ਅਸੀਂ ਗੁਹਾਟੀ ਤੋਂ ਗਾਂ ਗੁਰਦੁਆਰਾ ਇੱਕ ਉੱਥੇ ਕਰ ਰਹੇ ਹਾਂ, ਅਗਲੇ ਟੂਰ 'ਤੇ ਜ਼ਰੂਰ ਰਾਹੁਲ ਮੇਰਾ ਵੀਰ ਨਾਲ ਹੋਵੋਗੇ ਤੁਸੀਂ, ਕਮਾਲ ਕਰਤੀ, ਤੁਹਾਨੂੰ ਨਾਲ ਲੈ ਕੇ ਚੱਲਾਂਗੇ। ਹੋਟਲ ਦਾ ਵਿਊ ਤੁਸੀਂ ਦੇਖ ਸਕਦੇ ਹੋ, ਕਿੰਨਾ ਸ਼ਾਨਦਾਰ ਵਿਊ ਹੈ। ਵੈਸੇ ਤਾਂ ਆਈ ਥਿੰਕ ਅੱਜ ਅਸੀਂ ਨਾਗਾਲੈਂਡ ਐਂਟਰ ਕਰ ਜਾਵਾਂਗੇ। ਨਾਗਾਲੈਂਡ ਵਿੱਚ ਇੱਕ ਗੁਰਦੁਆਰਾ ਬਹੁਤ ਖਾਸ ਗੁਰਦੁਆਰਾ, ਉੱਥੇ ਸਟੇ ਕਰਨ ਦੀ ਸਾਡੀ ਪਲੈਨਿੰਗ ਹੈ। ਥੈਂਕ ਯੂ ਥੈਂਕ ਯੂ। ਚਲੋ ਫਿਰ ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ, ਅਤੇ ਥੋੜ੍ਹੀ ਦੇਰ ਬਾਅਦ ਆਪਾਂ ਸਾਰੇ ਮਿਲਾਂਗੇ ਦੁਬਾਰੇ, ਤੁਹਾਨੂੰ ਕੁਛ ਹੋਰ ਨਵੀਆਂ ਚੀਜ਼ਾਂ ਦਿਖਾਵਾਂਗੇ ਲਾਈਵ ਹੋ ਕੇ। ਨਾਗਾਲੈਂਡ ਕਹਿੰਦੇ ਬਹੁਤ ਸੋਹਣਾ ਹੈ, ਸਿੱਕਿਮ ਦਿਖਾਵਾਂਗੇ, ਸਿਲਚਰ ਦਿਖਾਵਾਂਗੇ, ਅਤੇ
ਹੋਰ ਕੋਸ਼ਿਸ਼ ਰਹੂਗੀ ਕਿ ਜਿੱਥੇ ਵੀ ਨੈਟਵਰਕ ਪ੍ਰੋਪਰ ਮਿਲੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਅਸੀਂ ਦਿਖਾਉਂਦੇ ਰਹੀਏ। ਬਾਕੀ ਏਅਰਟੈੱਲ ਅਤੇ ਵੋਡਾਫੋਨ ਬਹੁਤ ਸਾਥ ਦੇ ਰਿਹਾ ਦੋਨੇ ਕੰਪਨੀਆਂ ਕੰਪਨੀਆਂ। ਬਾਈ ਬਹੁਤ ਸੋਹਣਾ ਵਿਊ ਹੈ, ਬਹੁਤ ਸੋਹਣੀ ਜਗ੍ਹਾ, ਮਤਲਬ ਘੁੰਮਣ ਵਾਸਤੇ ਅਤੇ ਰਹਿਣ ਵਾਸਤੇ ਮਜ਼ਾ ਹੀ ਵੱਖਰਾ ਇੱਥੇ। ਯੈਸ ਅਸਮ ਅਸਮ ਬਾਈ ਅਸਮ। ਬੜੀ ਸੋਹਣੀ ਗੱਲ ਲਿਖੀ ਹੈ, ਮੈਂ ਤੁਹਾਨੂੰ ਮੈਂ ਬੈਕ ਕੈਮਰਾ ਦਿਖਾਉਣਾ। ਕਹਿੰਦਾ ਡੋਂਟ ਲੈਟ ਅਵਰ ਵਰਡ ਡੇ ਇਨ ਦਾ ਫਿਊਚਰ। ਤੁਸੀਂ ਹੁਣ ਆਪ ਸਿਆਣੇ, ਥੈਂਕ ਯੂ ਮੇਰਾ ਭਰਾ ਜਿਹੜਾ ਵੀਡੀਓ ਨੂੰ ਇੰਨਾ ਲਾਈਕ ਕਰ ਰਿਹਾ ਹੈ, ਥੈਂਕ ਯੂ। ਲਵਲੀ ਸਿੰਗਲਾ ਜੀ ਵੀ ਸਾਡੇ ਨਾਲ ਜੁੜ ਗਏ ਨੇ, ਥੈਂਕ ਯੂ ਵੀਰੇ ਬੈਸਟ ਵਾਸਤੇ। ਟੈਗੀ ਮੇਰਾ ਵੀਰ ਲੁਧਿਆਣੇ ਤੋਂ ਰਾਹੁਲ। ਵੈਦਰ ਵੈਦਰ ਬਾਈ ਵੈਦਰ ਨੋਰਮਲ ਹੈ, ਸਾਰੇ ਲੋਕ ਤੁਸੀਂ ਦੇਖ ਲਓ ਆਲਮੋਸਟ ਟੀ ਸ਼ਰਟਾਂ ਸ਼ਰਟਾਂ 'ਚ ਹੀ ਹੈ, ਠੰਡ ਇੱਥੇ ਕੋਈ ਜ਼ਿਆਦਾ ਨਹੀਂ ਹੈ, ਗਰਮੀ ਹੈ ਬਿਲਕੁਲ। ਬਠਿੰਡੇ ਵਾਲੇ ਪੁੱਛ ਰਹੇ ਜੀ, ਬਠਿੰਡੇ ਅਰੇ ਬਠਿੰਡੇ ਵਾਲੇ ਹਿਸਾਬ ਨਾਲ ਤਾਂ ਨੋਰਮਲ ਹੈਗਾ, ਉੱਥੇ ਠੰਡ ਹੈ। ਨੋਰਮਲ ਨਹੀਂ ਹੈ, ਗਰਮੀ ਹੈ ਬਿਲਕੁਲ। ਸਾਸ ਨਹੀਂ ਚੜੀ ਬਾਈ, ਵੈਸੇ ਹੀ ਨਾਈਸ ਪਲੇਸ ਬੰਦਾ ਉਹਦਾ। ਥੈਂਕ ਯੂ ਬਰਾਦਰ ਸਾਹਿਬ, ਕੀ ਹਾਲ ਹੈ ਵੀਰੇ? ਥੈਂਕ ਯੂ ਰਾਹੁਲ, ਥੈਂਕ ਯੂ, ਬਹੁਤ ਵਧੀਆ। ਤੁਸੀਂ ਦੱਸੋ ਬਾਈ ਅਸਾਮ 'ਚ ਲੋਕੇਸ਼ਨ ਤੁਹਾਨੂੰ ਨਾਂ ਦੱਸ ਦਿੰਦਾ, ਬਾਂਗ ਬਾਂਗ। ਸੈਵਨ ਸਿਸਟਰ ਫੈਮਿਲੀ ਰੈਸਟੋਰੈਂਟ ਕਿਉਂ ਚੰਗਰਪੁਰ ਬਾਂਗ। ਫੌਜੀ ਇੱਥੇ ਬਹੁਤ ਨੇ, ਥੈਂਕ ਯੂ ਰਾਹੁਲ, ਬਹੁਤ ਵਧੀਆ ਏਰੀਆ ਹੈ ਅਤੇ ਗਰਮ ਵੀ ਹੈ ਠੰਡਾ ਵੀ ਹੈ ਸਾਰਾ ਕੁਛ ਹੀ ਹੈ। ਹੁਣ ਇੱਥੇ ਕਿਹੜੀਆਂ ਵਾਲੇ ਦਰੱਖਤ, ਥੋੜ੍ਹਾ ਮੈਨੂੰ ਅੱਗੇ ਜਾਣਾ ਪਊਗਾ ਫਿਲਹਾਲ, ਕਿਉਂਕਿ ਹੁਣ ਮੈਂ ਡਰਾਈਵ ਕਰ ਰਿਹਾ, ਮੈਂ ਤੁਹਾਨੂੰ ਬਾਅਦ 'ਚ ਜ਼ਰੂਰ ਦਿਖਾਊਂਗਾ। ਹਾਂਜੀ ਗੁਹਾਟੀ ਦੇ ਬਿਲਕੁਲ ਨੇੜੇ ਹੈ, ਹੁਣ ਅਸੀਂ ਗੁਹਾਟੀ ਹੀ ਜਾਣਾ, ਸਾਡਾ ਲੰਚ ਗੁਹਾਟੀ ਹੈ ਅਤੇ ਇੱਥੋਂ 150 ਕਿਲੋਮੀਟਰ ਹੈ ਗੁਹਾਟੀ। ਗੁਹਾਟੀ ਜਾ ਕੇ ਅਸੀਂ ਲੰਚ ਕਰਾਂਗੇ, ਸਟੇ ਅਸੀਂ ਨਾਗਾਲੈਂਡ ਵਿੱਚ ਕਰ ਰਹੇ ਹਾਂ। ਅੱਜ ਅਸੀਂ ਕ੍ਰੋਸ ਕਰ ਜਾਵਾਂਗੇ, ਇਹ ਚੀਜ਼ ਹੈ। ਹਾਂ ਤੁਸੀਂ ਮੇਰਾ ਮੋਟਰਸਾਈਕਲ ਵੀ ਦੇਖ ਲਓ ਜਿਹੜਾ ਮੈਨੂੰ ਖਿੱਚੀ ਤੁਰੀ ਜਾਂਦਾ। ਚਲੋ ਸਰ ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ ਅਤੇ ਆਪਾਂ ਫਿਰ ਬਹੁਤ ਜਲਦੀ ਲਾਈਵ ਹੋ ਕੇ ਮਿਲਾਂਗੇ। ਕਈ ਵੀਰਾਂ ਨੇ ਫੋਨ ਕੀਤਾ ਕਹਿੰਦੇ ਭਰਾ ਤੂੰ ਲਾਈਵ ਨਹੀਂ ਹੋ ਰਿਹਾ, ਸਾਨੂੰ ਵੀ ਉੱਧਰਲੀਆਂ ਚੀਜ਼ਾਂ ਦਿਖਾ ਦੇ। ਮੈਂ ਕਿਹਾ ਜਿੱਥੇ ਮੌਕਾ ਮਿਲੇਗਾ ਜ਼ਰੂਰ ਲਾਈਵ ਹੋਇਆ ਕਰੂੰਗਾ ਅਤੇ ਕੱਲ੍ਹ ਤੁਹਾਨੂੰ ਆਸਾਮ ਐਂਟਰੀ ਦਿਖਾਈ ਸੀਗੀ, ਹੁਣ ਕੋਸ਼ਿਸ਼ ਕਰੂੰਗਾ ਐਗਜ਼ਿਟ ਵੀ ਦਿਖਾਵਾਂ। ਬੈਸਟ ਆਫ ਲੱਕ ਸਿੰਗ ਇਜ਼ ਕਿੰਗ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਚਲੋ ਮਿਲਦੇ ਹਾਂ ਬਹੁਤ ਜਲਦੀ।